ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕੁਲਵੀਰ ਕਾਈਨੌਰ। ਬਾਕੀ ਅੱਜ ਚਮਕੌਰ ਸਾਹਿਬ ਕੁਸ਼ਤੀ ਦੰਗਲ ਹੈ ਅਤੇ ਹੁਣ ਜਿਹੜੀ ਇੰਟਰਵਿਊ ਲੈਣ ਚੱਲਿਆ, ਹੁਣ ਵੈਸੇ ਤੁਸੀਂ ਦੇਖ ਰਹੇ ਆ ਕਿਹਦੀ ਲੈਣ ਚੱਲੇ ਹਾਂ। ਇਹ ਹੈ ਸ਼ਹਿਰੀ, ਸਾਡਾ ਭਰਾ ਹੁਸ਼ਿਆਰਪੁਰੀ ਆ। ਇੰਟਰਵਿਊ ਲੈਣ ਲੱਗਿਆ ਆਪਾਂ ਛੋਟੇ ਗਨੀ ਦੀ, ਹੁਸ਼ਿਆਰਪੁਰ ਵਾਲੇ ਦੀ। ਉਹੀ 10 ਕੁ ਮਿੰਟ ਦੀਆਂ ਜਿਹੜੀਆਂ ਦੋ ਚਾਰ, ਬਸ 10 ਕੁ ਮਿੰਟ ਗੱਲਾਂ ਕਰਾਂਗੇ ਉਹਦੇ ਨਾਲ ਅਤੇ ਫਿਰ ਦੇਖਦੇ ਹਾਂ ਹੈ ਨਾ ਕੀ ਕਹਿੰਦਾ ਮੱਲ, ਕਿਉਂਕਿ ਫੁੱਲ ਜਿਹੜੀ ਇੰਟਰਵਿਊ ਫਿਰ ਕਦੇ ਕਰਾਂਗੇ। ਬਾਕੀ ਉਨੀ ਦੇਰ ਸ਼ੈਰੀ ਨਾਲ ਗੱਲਾਂ ਕਰ ਲੈਂਦੇ। ਸ਼ੈਰੀ, ਕੀ ਹਾਲ ਹੈ ਤੇਰਾ ਬਾਈ? ਸਤਿ ਸ਼੍ਰੀ ਅਕਾਲ ਭਾਅ ਜੀ ਸਾਰਿਆਂ ਨੂੰ, ਜਿਹੜੇ ਤੁਹਾਡੇ ਚਾਹੁਣ ਵਾਲੇ, ਸਾਨੂੰ ਜਿੱਦਾਂ ਗਨੀ ਨੂੰ ਜਿਹੜੇ ਚਾਹੁਣ ਵਾਲੇ ਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਅੱਛਾ ਸ਼ੈਰੀ, ਕਿਵੇਂ ਆ? ਕਹਿੰਦੇ ਬਈ ਸ਼ੈਰੀ ਨੇ ਕੰਮ ਕਾਰ ਕਰ ਲਿਆ ਹੈ? ਆਹੋ ਭਾਅ ਜੀ ਯਾਰ, ਕੰਮ ਕਾਰ ਇੱਦਾਂ ਆ ਕਿ ਆਪਣੇ ਸਮੇਂ ਦੇ ਹਿਸਾਬ ਨਾਲ, ਹੁਣ ਤੈਨੂੰ ਪਤਾ ਭਲਵਾਨੀ 'ਚ ਵੀ ਕਿੰਨਾ ਕੁ ਚਿਰ ਬੰਦਾ ਘੁੰਮਦਾ ਆ ਨਾਲ, ਚਲੋ ਰੱਬ ਦੀ ਰਹਿਮ ਇੰਨੀ ਕੁ ਵਾ ਕਿ ਜੇ ਭਲਵਾਨੀ ਦੇ ਵਿੱਚ ਵੀ ਰਹੇ ਹਾਂ ਅਤੇ ਵਧੀਆ ਜਾਣੀ ਕਿ ਸਾਡੇ ਬੰਦੇ ਨੇ ਰਿਸਪੋਂਸ ਦਿੱਤਾ ਆ ਅਤੇ ਸੱਟ ਲੱਗਣ ਕਰਕੇ ਫਿਰ ਭਾਅ ਜੀ ਸਾਨੂੰ ਵੀ ਥੋੜ੍ਹਾ ਬਹੁਤ ਕੰਮ ਕਰਨਾ ਪੈਂਦਾ। ਜੇ ਭਲਵਾਨ ਆਪ ਹੀ ਨਹੀਂ ਸੀ ਛਿੰਝਾਂ 'ਚ ਜਾਂਦਾ ਅਤੇ ਸਾਨੂੰ ਵੀ ਜਿੱਦਾਂ ਤੰਗੀ ਹੁੰਦੀ ਸੀਗੀ, ਬੰਦਾ ਇਕੱਲਾ ਕਿੱਥੇ ਤੁਰਿਆ ਫਿਰੇ, ਕੋਈ ਬੰਦਾ ਆ ਨਾ ਕੋਈ ਤਗੜਾ ਆ ਭਾਅ ਜੀ ਉਹਦੇ ਨਾਲ ਵੀ ਅਸੀਂ ਤਾਂ ਹੀ ਚੱਲ ਸਕਦੇ ਜਿੰਨਾ ਚਿਰ ਉਹ ਚੱਲਦਾ ਆ, ਜੇ ਉਹ ਘਰ ਬਹਿ ਜਾਵੇ ਨਾਲ ਦਿਆਂ ਨੂੰ ਵੀ ਪ੍ਰੋਬਲਮ ਹੁੰਦੀ ਆ। ਚਲੋ ਹੁਣ ਇਹਨੇ ਵੀ ਸਾਨੂੰ ਕਿਹਾ ਕਿ ਚੱਲ ਯਾਰ ਕੰਮ ਕਾਰ ਆਪਣਾ ਸੈੱਟ ਕਰੋ ਜਿੱਦਾਂ ਵੀ ਆ, ਅਤੇ ਆਪਾਂ ਵੀ ਹੁਣ ਜਿੱਦਾਂ ਇਹਦੇ ਨਾਲ ਹੀ ਆ, ਜਾਂ ਕੰਮ ਕਾਰ ਵਧੀਆ ਆ ਤਾਂ ਵਧੀਆ ਗੱਲ ਆ। ਵਧੀਆ ਵਧੀਆ ਗੱਲ ਆ, ਵਧੀਆ ਗੱਲ ਆ। ਅਤੇ ਆ ਜਾਓ ਜੀ, ਫਿਰ ਤੁਹਾਨੂੰ ਮਿਲਾਉਂਦੇ ਹਾਂ ਆਪਾਂ ਗੰਨੀ ਪਹਿਲਵਾਨ ਦੇ ਨਾਲ। ਸਤਿ ਸ਼੍ਰੀ ਅਕਾਲ ਭਲਵਾਨ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਤੁਹਾਡੇ? ਵਧੀਆ, ਠੀਕ ਠਾਕ ਜੀ, ਤੁਸੀਂ ਸੁਣਾਓ? ਬਸ ਵਧੀਆ ਵਧੀਆ। ਵੀ ਮੈਂ ਪਹਿਲਾਂ ਹੀ ਦੱਸ ਦਿੰਦਾ, ਇਹ ਜਿਹੜਾ ਭਲਵਾਨ ਨਾ, ਬੜਾ ਕਹਿ ਲਓ ਵੀ ਸ਼ਰਮੀਲਾ ਮੱਲ ਹੈ, ਥੋੜ੍ਹਾ ਸੰਗਾਊ ਜਾਂ ਕਹਿ ਲਓ ਹੈਗਾ ਪਹਿਲਵਾਨ। ਅਤੇ ਹੋਰ ਗਨੀ, ਕਿਵੇਂ ਘਰ ਪਰਿਵਾਰ? ਸਭ ਠੀਕ ਆ ਭਾਅ ਜੀ, ਠੀਕ ਠਾਕ ਹੋ? ਅਤੇ ਕਿਵੇਂ ਆ ਫਿਰ? ਸੱਟ ਲੱਗੀ ਸੀਗੀ, ਬਹੁਤ ਲੰਮਾ ਟਾਈਮ ਹੋ ਗਿਆ, ਵਿੱਚੇ ਕਰੋਨਾ ਚੱਲ ਲਿਆ, ਵਿੱਚੇ ਚਲੋ ਥੋੜ੍ਹੀਆਂ ਬਹੁਤੀਆਂ ਛਿੰਝਾਂ ਦੇਖੀਆਂ, ਹੈ ਨਾ? ਕਿਵੇਂ ਹੁਣ ਸਰੀਰ ਸੈੱਟ ਹੈ? ਹੁਣ ਠੀਕ ਆ ਭਾਅ ਜੀ, ਹੋ ਜਾਂਦਾ ਮੁੜ ਕੇ, ਫਿਰ ਕਦੇ ਕੁਛ ਨਾ ਕੁਛ ਪੰਗਾ ਪਿਆ ਹੀ ਰਹਿੰਦਾ ਆ ਕਿਸੇ ਵੇਲੇ, ਜਦੋਂ ਲੱਗਦਾ ਸੈੱਟ ਆ ਹੁਣ, ਜਾਂ ਤਾਂ ਕੋਈ ਲੋਕਡਾਊਨ ਲੱਗ ਜਾਂਦਾ ਆ, ਜਾਂ ਕੋਈ ਇੱਦਾਂ ਦਾ ਸਾਰਾ ਹਿਸਾਬ ਤਾਂ ਵੀ ਇੱਦਾਂ ਦਾ ਹੋ ਜਾਂਦਾ ਕਿ ਠੀਕ ਹੈ ਠੀਕ ਹੈ ਨਹੀਂ ਹੁੰਦੀ। ਓਕੇ ਗਨੀ, ਅੱਛਾ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸ ਭਰਾ ਮੇਰਾ, ਵੀ ਤੇਰਾ ਜਿਹੜਾ ਪਿੰਡ ਹੈ, ਤੇਰਾ ਜਾਂ ਸ਼ਹਿਰ ਹੈ, ਰਹਿਸ਼ ਕਿੱਥੇ ਤੇਰੀ? ਮੇਰਾ ਭਾਈ ਪਿੰਡ ਹੈਗਾ ਹਰਦੋ ਖਾਨਪੁਰ, ਟਾਂਡਾ ਰੋਡ 'ਤੇ ਆ, ਅਤੇ ਸ਼ਹਿਰ ਹੁਸ਼ਿਆਰਪੁਰ, ਤੁਹਾਨੂੰ ਪਤਾ ਹੀ ਆ, ਟਾਂਡਾ ਰੋਡ 'ਤੇ ਪੈਲਸਾਂ ਪੈਂਦੀਆਂ ਬਾਈ, ਤਿੰਨ ਚਾਰ ਚਾਰ ਪੈਲਸਾਂ ਆ ਇਕੱਠੀਆਂ। ਓਕੇ, ਰਾਜਮਹਿਲ ਪੈਲਸ ਸਾਹਮਣੇ ਸਾਡਾ ਘਰ ਆ। ਓਕੇ 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 ਓਕੇ। ਅੱਛਾ ਜਿਹੜੀ ਭਲਵਾਨੀ ਸ਼ੁਰੂ ਕੀਤੀ ਹੈ, ਇਹ ਸ਼ੌਂਕ ਪਿਆ ਇੱਕ, ਮੈਂ ਦੇਖਿਆ ਵੀ ਜਿਹੜਾ ਗੁੱਜਰ ਬਰਾਦਰੀ ਦੇ ਬਹੁਤ ਬੱਚਿਆਂ ਨੂੰ ਜਿਹੜਾ ਸ਼ੌਂਕ ਹੈ, ਪਰ ਜਿਹੜਾ ਤੈਨੂੰ ਸ਼ੌਂਕ ਪਿਆ, ਇਹ ਕਿੱਥੋਂ ਪਿਆ ਅਤੇ ਕਿੰਨਾ ਟਾਈਮ ਹੋ ਗਿਆ ਭਲਵਾਨੀ ਕਰਦੇ ਨੂੰ? ਭਾਅ ਜੀ ਮੈਨੂੰ ਭਲਵਾਨੀ ਕਰਦੇ ਨੂੰ 12 ਸਾਲ ਹੋ ਗਏ। 12 ਸਾਲ ਹੋ ਗਏ? 12-11-12 ਸਾਲ ਹੋ ਗਏ ਨੇ। ਅਤੇ ਸ਼ੌਂਕ ਕਿੱਥੋਂ ਪਿਆ? ਸ਼ੌਂਕ ਭਾਅ ਜੀ ਸਾਡਾ ਭਰਾ ਜਾਂਦਾ ਸੀ ਤਾਜ ਦਾ ਮੁੰਡਾ ਖਾੜੇ, ਠੀਕ ਹੈ, ਉਹਨੂੰ ਦੇਖ ਕੇ ਬਾਕੀ ਬਾਪੂ ਮੇਰਾ, ਉਹਨੂੰ ਸ਼ੌਂਕ ਸੀਗਾ ਕਾਫੀ। ਓਕੇ, ਮੇਰੇ ਖਿਆਲ 'ਚ ਹਾਂਜੀ ਹਾਂਜੀ ਉਹਨੇ ਲਾਇਆ ਸੀ, ਬਾਪੂ ਨੇ ਭੇਜਣ ਲੱਗ ਪਿਆ ਤਾਜ ਦੇ ਮੁੰਡੇ ਨਾਲ, ਠੀਕ ਹੈ, ਇੱਦਾਂ ਹੀ ਜਾਣ ਲੱਗ ਪਏ ਹੌਲੀ ਹੌਲੀ। ਓਕੇ, ਅਤੇ ਉਸ ਵੇਲੇ ਵੀ ਜਦੋਂ ਸ਼ੁਰੂ ਕੀਤਾ ਸੀ, ਮੇਰਾ ਵੇਟ ਸੀਗਾ 38 ਕਿਲੋ ਅਤੇ ਹਾਈਟ ਮੇਰੀ ਸੀਗੀ 5-7 ਸ਼ਾਇਦ, ਕਾਫੀ। ਓਕੇ, ਕਾਫੀ ਪਤਲਾ ਹੁੰਦਾ ਸੀਗਾ ਮੈਂ, ਇਸ ਕਰਕੇ ਭਲਾਨੀ ਭਲਾਨੀ ਹੁਸ਼ਿਆਰਪੁਰ ਦੇ ਤਾਂ ਹੋਰ ਬਹੁਤ ਵੱਡੇ ਪਹਿਲਵਾਨ ਹੋਏ, ਵਧੀਆ ਨਾਮਣੇ ਵਾਲੇ, ਹੈਨਾ? ਕਾਫੀ ਪਹਿਲਵਾਨ ਹੈ ਵੱਡੇ ਵੱਡੇ ਹੁਸ਼ਿਆਰਪੁਰ। ਤੇ ਕਿੱਥੇ ਹੁਸ਼ਿਆਰਪੁਰ 'ਚ ਕਿੱਥੇ ਭਲਵਾਨੀ ਕਰਦੇ ਆ? ਹੁਸ਼ਿਆਰਪੁਰ 'ਚ ਹੈਗਾ ਮਾਸਟਰ ਧਿਆਨ ਚੰਦ ਦਾ ਖੜਾ ਹੈ ਜੀ, ਕਾਫੀ ਪੁਰਾਣਾ ਖੜਾ ਆ, ਠੀਕ ਹੈ, ਅਤੇ ਇੱਥੇ ਬਾਅਦ 'ਚ ਅਕੈਡਮੀ ਬਣ ਗਈ ਉਸੇ 'ਚ, ਮਸਤੋਬਾ ਕਨੱਈਆ ਲਾਲ। ਓਕੇ ਓਕੇ, ਅਤੇ ਉਸੇ ਖੜੇ 'ਚ ਆ ਅਸੀਂ, ਉਹੀ ਅਕੈਡਮੀ ਉਹੀ ਖੜਾ ਇਕੱਠੀ। ਕੌਣ ਕਰਾਉਂਦਾ ਪ੍ਰੈਕਟਿਸ? ਕੌਣ ਕਰਾਉਂਦਾ ਪ੍ਰੈਕਟਿਸ? ਰਜਿੰਦਰ ਸਾਹਿਬ ਸਾਡੇ, ਰਜਿੰਦਰ ਕੋਲ ਸਾਹਿਬ ਕਰਾਉਂਦੇ ਪ੍ਰੈਕਟਿਸ। ਓਕੇ ਓਕੇ ਓਕੇ, ਅਤੇ ਬਾਕੀ ਉਸਤਾਦ ਆ ਜਾਂਦੇ, ਹੋਰ ਵੀ ਹੈਗੇ ਆ ਸਪੋਰਟਰ ਨਾਲ ਉਸਤਾਦ ਦੇ, ਠੀਕ ਹੈ ਠੀਕ ਹੈ। ਅੱਛਾ
ਇੱਥੋਂ ਤੱਕ ਪੁੱਜਿਆ ਹੈ ਨਾ ਇੱਕ ਨੰਬਰ 'ਚ ਅਤੇ ਜਿਹੜੀ ਉਹ ਫੀਲਿੰਗ ਹੈ ਉਹ ਕਿਵੇਂ ਲੱਗਿਆ ਤੈਨੂੰ ਹੈ ਨਾ ਉਹ ਜਰਨੀ ਹੈ ਜਿਹੜੀ ਤੇਰੀ ਕਿਵੇਂ ਰਹੀ ਕਿੰਨੀ ਕੁ ਮਿਹਨਤ ਕਰਨੀ ਪਈ ਉੱਥੇ ਤੱਕ ਪਹੁੰਚਣ ਖਾਤਰ ਭਾਈ ਪਹਿਲੇ ਤਾਂ ਇੱਦਾਂ ਸੀਗਾ ਨਾ ਸਾਨੂੰ ਮਿਹਨਤ ਸ਼ੁਰੂ ਤੋਂ ਕਾਫੀ ਮਿਹਨਤ ਹੀ ਛੱਡੋ ਮਿਹਨਤ ਮਤਲਬ ਅੰਨੇ ਵਾਹੀ ਚੱਲਦੀ ਸੀ ਪਹਿਲੇ ਬਸ ਥੋੜ੍ਹਾ ਜਿਹਾ ਤਰੀਕਾ ਨਹੀਂ ਸੀਗਾ ਸਾਨੂੰ ਕਿ ਨਾ ਇੱਦਾਂ ਸ਼ੌਂਕ ਸੀਗਾ ਜਿੱਦਾਂ ਮਤਲਬ ਪਹਿਲੇ ਅਸੀਂ ਛਿੰਝਾਂ ਦੇਖਦੇ ਸੀ ਦੋ ਨੰਬਰ ਤਿੰਨ ਨੰਬਰ ਜਿੱਥੇ ਘੁਲਾਤਾ ਉੱਥੇ ਘੁਲ ਲਿਆ ਅਤੇ ਚਲੋ ਚੱਲੀ ਜਾਂਦਾ ਆ 2000 ਮਿਲਿਆ 3000 ਮਿਲਿਆ ਬਾਅਦ 'ਚ ਥੋੜ੍ਹਾ ਜਿਹਾ ਜਦੋਂ ਨਵੇਂ ਜਿਹੇ ਮੁੰਡੇ ਉੱਠੇ ਦੋ ਤਿੰਨ ਉਹਨਾਂ ਇੱਕ ਦੋ ਕਿਸ਼ਤੀਆਂ ਖਰਾਬ ਹੋਈਆਂ ਫਿਰ ਅਸੀਂ ਲੱਗੇ ਭਲਾਉਣੀ ਕਰਨ ਥੋੜ੍ਹੀ ਦੂਸਰੀ ਤਹਿ ਦੀ ਇਸੇ ਨਾਲ ਦੇਖਦੇ ਦੇਖਦੇ ਮਤਲਬ ਕਿ ਨਾਲ ਨਾਲ ਹੀ ਉਹਨਾਂ ਦੇ ਨਾਲ ਨਾਲ ਹੀ ਤਕੜੇ ਹੋ ਗਏ ਤਕੜਾ ਭਾਈ ਮੈਂ ਪਹਿਲੇ ਮਤਲਬ ਅੱਜ ਤੋਂ 7 ਸਾਲ ਪਹਿਲੇ ਵੀ ਨਾ ਭੁਪਿੰਦਰ ਰਜਨਾਲਾ ਪੂਰਾ ਫਿੱਟ ਸੀਗਾ ਉਸ ਵੇਲੇ ਉਹਦੇ ਨਾਲ ਬਰਾਬਰ ਘੁਲ ਗਿਆ ਸੀਗਾ ਓਕੇ ਅਤੇ ਉਹ ਤੋਂ ਇੱਕ ਸਾਲ ਬਾਅਦ 'ਚ ਪ੍ਰਦੀਪ ਜੀਕਾ ਜਦੋਂ ਵੱਡੇ ਭਲਾਉਣ ਨੂੰ ਢਾਉਂਦਾ ਸੀਗਾ ਹਾਂ ਹਾਂ ਅਤੇ ਪ੍ਰਦੀਪ ਜੀਕਾ ਨੂੰ ਮੈਂ ਉੱਧਰ ਹਿਮਾਚਲ 'ਚ ਢਾਲਿਆ ਸੀਗਾ ਜਦੋਂ ਪ੍ਰਦੀਪ ਮਤਲਬ ਫਿੱਟ ਸੀਗਾ ਹਾਂਜੀ ਪ੍ਰਦੀਪ ਜੀਕਾ ਜਦੋਂ ਹਿਮਾਚਲ 'ਚ ਛਾਂਡੀਆਂ ਚੱਲਦੀਆਂ ਨਾ ਛਾਂਡੀਆਂ ਘੁਲ ਕੇ ਫਾਈਨਲ 'ਚ 3 ਕੁਸ਼ਤੀਆਂ ਘੁਲ ਕੇ ਫਾਈਨਲ ਘੁਲ ਫਾਈਨਲ ਪ੍ਰਦੀਪ ਜੀਕਾ ਨਾਲ ਪ੍ਰਦੀਪ ਜੀਕਾ ਨਾਲ ਢਾਇਆ ਉੱਥੇ ਫਾਈਨਲ 'ਚ ਓਕੇ ਬਸ ਫਿਰ ਥੋੜ੍ਹਾ ਜਿਹਾ ਘੁਲਦੇ ਜਿੱਦਾਂ ਜਿੱਥੇ ਕੋਈ ਘੁਲਾਉਂਦਾ ਉੱਥੇ ਘੁਲ ਲਈਦਾ ਸੀ ਬਾਹਰ ਨਿਕਲੇ ਨਹੀਂ ਮੁੜ ਕੇ ਫਿਰ ਇੱਧਰੋਂ ਆਉਣ ਲੱਗ ਪਏ ਬਾਬੇ ਦੀਪੇ ਫੋਨ ਸਾਈ ਆਉਣ ਲੱਗ ਪਏ ਛਿੰਝਾਂ ਨੂੰ ਓਕੇ ਫਿਰ ਨਾ ਜਾ ਕੇ ਥੋੜ੍ਹਾ ਜਿਹਾ ਚਸਕਾ ਜ਼ਿਆਦਾ ਪੈ ਗਿਆ ਸਾਨੂੰ ਕਿ ਵਧੀਆ ਛਿੰਝਾਂ ਆ ਅਤੇ ਪੈਸੇ ਵੀ ਵਧੀਆ ਮਿਲਣ ਲੱਗ ਪਏ ਬਸ ਇੱਦਾਂ ਹੀ ਹੌਲੀ ਹੌਲੀ ਪਤਾ ਨਹੀਂ ਲੱਗਾ ਅੱਛਾ ਇੱਕ ਗੱਲ ਦੱਸ ਜਿਵੇਂ ਕਈ ਖਾੜਿਆਂ 'ਚ ਲਾਗ ਡਾਟ ਹੋ ਜਾਂਦੀ ਹੈ ਜਾਂ ਦੰਗਲਾਂ 'ਚ ਵੀ ਹੋ ਸਕਦੀ ਹੈ ਕੋਈ ਇੱਦਾਂ ਦਾ ਕੋਈ ਪਲ ਆਇਆ ਵੀ ਲਾਗ ਡਾਟ ਹੋਇਆ ਹੋਵੇ ਅਰਮਨ ਉਦਾਸ ਹੋ ਗਿਆ ਵੇ ਵੀ ਛੱਡ ਯਾਰ ਕਿਆ ਕਰਨਾ ਇਹ ਕੰਮ ਛੱਡੋ ਪਰਾਂ ਕੋਈ ਮਤਲਬ ਇੱਦਾਂ ਦਾ ਕੋਈ ਪਲ ਆਇਆ ਹੋਵੇ ਨਹੀਂ ਭਾਈ ਜਿੱਦਾਂ ਖਾੜੇ 'ਚ ਤਾਂ ਕੋਈ ਨਹੀਂ ਸੀਗੀ ਹਾਂ ਸਾਡੇ ਸੀਗੇ ਪਹਿਲੇ ਜਿੱਦਾਂ ਮਤਲਬ ਛਿੰਝ ਹੁੰਦੀ ਸਾਡੇ ਇੱਕ ਹੁਸ਼ਿਆਰਪੁਰ 'ਚ ਉਹ ਘੁਲਦੀ ਸੀ ਅਸੀਂ ਮਤਲਬ ਬਸੰਤ ਪੰਚਮੀ 'ਤੇ ਮੁੜ ਕੇ ਛੱਡੋ ਭਾਈ ਇਹ ਗੱਲ ਕਰਨ ਵਾਲੀਆਂ ਨਹੀਂ ਹੈਗੀਆਂ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਅਤੇ ਬਾਕੀ ਜਦੋਂ ਸੱਟ ਲੱਗੀ ਹੈ ਨਾ ਸੱਟ ਤੋਂ ਲੈ ਕੇ ਮਤਲਬ ਕਹਿ ਲਓ ਵੀ ਘਰ ਬੈਠਣ ਦਾ ਜਾਂ ਮੁੜ ਕੇ ਮਤਲਬ ਮੈਦਾਨ 'ਤੇ ਆਉਣ ਤੱਕ ਦਾ ਜਿਹੜਾ ਤੁਹਾਡਾ ਟਾਈਮ ਸੀਗਾ ਉਹ ਕਿਵੇਂ ਕੱਟਿਆ ਕੀ ਮਨ 'ਚ ਸੀਗਾ ਖਿਆਲ ਭਾਈ ਸੱਟ ਲੱਗੀ ਸੀ ਘਰੇ ਨਹੀਂ ਬਹਿ ਆਉਂਦਾ ਜੇ ਅਗਰ ਛਿੰਝਾਂ ਚੱਲਦੀਆਂ ਨਾ ਕਿਤੇ ਨਾ ਕਿਤੇ ਸਾਈ ਜਾਂਦੀ ਬੰਦਾ ਫੜ ਹੀ ਲੈਂਦਾ ਚਲੋ ਘੁਲ ਲਾਂਗੇ ਸ਼ਾਇਦ ਜਿੱਦਾਂ ਮਰਜ਼ੀ ਆ ਬਹਿ ਨਹੀਂ ਆਉਂਦਾ ਸੀ ਘਰੇ ਮੁੜ ਕੇ ਥੋੜ੍ਹਾ ਜਿਹਾ ਲੋਕਡਾਊਨ ਲੱਗਿਆ ਉੱਥੇ ਥੋੜ੍ਹਾ ਜਿਹਾ ਕੋਈ ਵੀ ਨਹੀਂ ਛਿੰਝਾਂ ਦਿੰਦਾ ਫਿਰ ਤਾਂ ਬੰਦਾ ਚੱਲ ਕੋਈ ਨਹੀਂ ਬੈਠੇ ਸਾਰੇ ਫਿਰ ਮਨ ਨੂੰ ਤਸੱਲੀ ਜੋ ਵੀ ਸਾਰੇ ਬੈਠੇ ਆ ਨਾ ਅਸੀਂ ਬੈਠੇ ਸਾਰੇ ਬੈਠੇ ਆ ਅਤੇ ਬਾਅਦ 'ਚ ਇੱਦਾਂ ਹੀ ਲੋਕਡਾਊਨ 'ਚ ਫਿਰ ਫੁੱਟਬਾਲ ਲਾ ਪਏ ਖੇਡਣ ਗੇਮ ਗੂਮ ਲਾ ਲਈ ਸ਼ਾਮ ਨੂੰ ਫੁੱਟਬਾਲ ਖੇਡਦੇ ਖੇਡਦੇ ਮੇਰਾ ਮੋਢੇ 'ਤੇ ਲੱਗੀ ਸੀ ਪਹਿਲੇ ਉਹ ਵੀ ਇੱਦਾਂ ਸੀ ਅਤੇ ਗੋਡੇ ਦਾ ਲੀਗਾਮੈਂਟ ਟੁੱਟ ਗਿਆ ਏਸੀਐਲ ਵਿੱਚ ਹੀ ਉਹ ਪੈ ਗਿਆ ਵਿੱਚ ਹੀ ਇਹ ਬਾਅਦ 'ਚ ਭਾਜੀ ਸਾਨੂੰ ਇੱਕ ਗੋਪੀ ਭਲਾਉਣ ਨੇ ਦੱਸਿਆ ਸਾਨੂੰ ਲੁਧਿਆਣੇ ਡਾਕਟਰ ਗੋਪੀ ਲੀਲਾ ਹੋਣੇ ਨੇ ਉਹ ਡਾਕਟਰ ਨੂੰ ਮਿਲਿਆ ਉਹਨੇ ਤਾਂ ਮੋਢੇ ਦੱਸਤਾ ਕਿ ਮੋਢਾ ਤਾਂ ਹੋਜੂ ਇੱਦਾਂ ਹੀ ਅਤੇ ਗੋਡੇ ਦਾ ਆਪਰੇਸ਼ਨ ਕਰਨਾ ਪੈਣਾ ਠੀਕ ਹੈ ਹੁਣ ਮੋਢਾ ਅਤੇ ਗੋਡਾ ਗੋਡਾ ਵੀ ਠੀਕ ਹੈ ਮੋਢਾ ਵੀ ਠੀਕ ਆ ਅਤੇ ਕਿਵੇਂ ਆ ਹੁਣ ਫਿਰ ਵਾਪਸੀ ਦੰਗਲਾਂ ਦੁੰਗਲਾਂ ਦੀਆਂ ਸਾਈਆਂ ਮਾੜੀ ਮੋਟਾ ਹੁਣ ਭਾਈ ਆਉਣ ਲੱਗੀ ਵਾਪਸੀ ਇੱਦਾਂ ਨਾ ਕਰੇ ਬੰਦਾ ਚੱਲ ਖਾ ਜ਼ੋਰ ਜ਼ੋਰ ਤਾਂ ਕਰਦੇ ਰਹਿੰਦੇ ਪੂਰੀ ਤਿਆਰੀ ਨਹੀਂ ਹੁੰਦੀ ਕਿਉਂਕਿ ਅੱਗੇ ਮੌਸਮ ਦਾ ਮਾਹੌਲ ਨਹੀਂ ਪਤਾ ਹੈਗਾ ਜਦੋਂ ਤੱਕ ਦੰਗਲ ਵੀ ਵੈਸੇ ਨਾ ਘੁਲੇ ਬੰਦਾ ਜਦ ਤੱਕ ਵੀ ਕੋਈ ਪੁੱਛਦਾ ਨਹੀਂ ਹੈ ਨਾ ਨਹੀਂ ਪੁੱਛਦਾ ਭਾਈ ਇੱਕ ਤਾਂ ਤਿਆਰੀ ਕਰਦੇ ਅੱਗੇ ਮੋਹਰੇ ਪਤਾ ਨਹੀਂ ਕਦੋਂ ਲੋਕਡਾਊਨ ਲੱਗ ਜਾਣਾ ਇਹ ਨਹੀਂ ਪਤਾ ਲੱਗਦਾ ਚਲੋ ਹੁਣ ਲੋਕਡਾਊਨ ਤਾਂ ਨਹੀਂ ਲੱਗੇਗਾ ਤਿਆਰੀ ਕਰੋ ਬਾਕੀ ਭਲਵਾਨ ਦੀ ਮੈਨੂੰ ਇੱਕ ਗੱਲ ਵਧੀਆ ਲੱਗੀ ਸੀਗੀ ਪਿੱਛੇ ਜਦੋਂ ਮੈਂ ਵੈਸੇ ਹੀ ਗੱਲ ਕੀਤੀ ਸੀ ਵੀ ਭਲਵਾਨ ਕਿਵੇਂ ਆ ਗੱਲਬਾਤ ਕੋਈ ਪੁੱਛਦਾ ਹਾਲ ਚਾਲ ਪੁੱਛਦਾ ਨਹੀਂ ਪੁੱਛਦਾ ਮੈਂ ਦੱਸੂੰਗਾ ਇਹ ਗੱਲ ਹੋਰ ਹੈ ਭਲਵਾਨ ਕੀ ਜਵਾਬ ਸੀਗਾ ਤੇਰਾ ਜ਼ਰੂਰ ਦੱਸ ਮੈਂ ਪੁੱਛਿਆ ਸੀਗਾ ਵੀ ਕਿਵੇਂ ਆ ਜਦੋਂ ਹੁਣ ਹੈ ਨਾ ਬਈ ਚੰਗੇ ਟਾਈਮ 'ਚ ਸਾਰੇ ਪੁੱਛਦੇ ਆ ਮਾੜੇ ਟਾਈਮ 'ਚ ਕਿਸੇ ਨੇ ਪੁੱਛਿਆ ਜਾਂ ਨਹੀਂ ਪੁੱਛਿਆ ਇਹ ਮੇਰੇ ਖਿਆਲ 'ਚ ਕੁਐਸਚਨ ਸੀਗਾ ਭਲਵਾਨ ਜੀ ਦੱਸੋ ਜ਼ਰੂਰ ਭਾਈ ਉਹ ਤਾਂ ਮੈਂ ਇੱਦਾਂ ਕਿਹਾ ਮੈਂ ਕਿਹਾ ਚਲੋ ਚਲਦੀ ਬੱਸ ਆ ਬੱਸ ਚਲਦੀ ਬੱਸ ਹੀ ਸਵਾਰੀਆਂ ਚੜ੍ਹਦੀਆਂ ਜੇ ਕਿਤੇ ਬੱਸ ਖੜੀ ਹੋਈ ਉਹ 'ਚ ਥੋੜ੍ਹੀ ਜਾ ਕੇ ਬਹਿ ਜਾਂਦਾ ਕੋਈ ਬਿਲਕੁਲ ਇਹ ਇਹ ਭਲਵਾਨ ਦਾ ਆਨਸਰ ਸੀਗਾ ਮੈਨੂੰ ਵੀ ਕਿਤੇ ਨਾ ਕਿਤੇ ਫੀਲ ਹੋਈ ਇਹ ਗੱਲ ਵੀ
ਜਿਹੜੀ ਬੱਸ ਚੱਲਦੀ ਹੈ ਉਹ 'ਚ ਸਵਾਰੀਆਂ ਚੜ੍ਹਦੀਆਂ, ਮਤਲਬ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ। ਬਹੁਤ ਚਲੋ ਵੱਡੇ ਵੱਲ ਵੀ ਹੋਏ ਹੈ, ਬਾਅਦ 'ਚੋਂ ਦੁਨੀਆ ਪੁੱਛਣ 'ਤੇ ਹਟ ਜਾਂਦੀ ਹੈ, ਜਦਕਿ ਪਹਿਲਾਂ ਵੀ ਕਹਿ ਦਿੰਦੀ ਹੈ ਵੀ ਹਾਂ ਆਪਾਂ ਤੇਰੇ ਨਾਲ ਹਾਂ, ਆਪਾਂ ਤੇਰੇ ਨਾਲ ਹੈ, ਸਾਰੇ ਕਹਿੰਦੇ ਸ਼ਹਿਰੀ ਵੀ ਹਾਂ ਕੋਈ ਗੱਲ ਨਹੀਂ ਭਾਜੀ। ਇਹ ਕੁਛ ਹੁੰਦਾ ਜਿੱਦਾਂ ਕਬੱਡੀ 'ਚ ਕਿਸੇ ਸੱਟ ਲੱਗ ਜਾਂਦੀ ਆ, ਹਰ ਇੱਕ ਕੋਈ ਸਪੋਰਟਰ ਪ੍ਰਮੋਟਰ ਸਭ ਕੁਛ ਖੜਦੇ ਆ, ਕਮੇਟੀਆਂ ਖੜਦੀਆਂ ਜਿਹੜੇ ਟੂਰਨਾਮੈਂਟ ਕਰਾਉਂਦੇ ਆ। ਹੁਣ ਭਲਵਾਨੀ ਦੇ ਵਿੱਚ ਵੀ ਇਹ ਰੂਲ ਹੋਣਾ ਚਾਹੀਦਾ ਆ, ਚਲੋ ਅਸੀਂ ਆਪਣੇ ਲਈ ਨਹੀਂ ਕਹਿੰਦੇ ਹੈਗੇ, ਪਰ ਕੋਈ ਵੀ ਆ, ਕੋਈ ਗਰੀਬ ਪਰਿਵਾਰ ਦਾ ਆ, ਕੋਈ ਹੋਰ ਵੀ ਆ, ਵੱਡਾ ਮੱਲ ਵੀ ਆ, ਉਹਦੀ ਸਪੋਰਟ ਵੀ ਜ਼ਰੂਰ ਹੋਣੀ ਚਾਹੀਦੀ ਆ। ਜਿੱਦਾਂ ਕਬੱਡੀ ਦੇ ਵਿੱਚ ਕਿਸੇ ਦੇ ਭਾਵਾਂ ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਸੱਟ ਗਰਾਉਂਡ, ਕਿਤੇ ਨਾ ਕਿਤੇ ਜਾ ਕੇ ਜਿਹੜਾ ਕੋਈ ਨਾ ਕੋਈ ਹੈਲਪ ਕਰਦਾ, ਹੈਲਪ ਕਰਦਾ ਆ। ਇੱਦਾਂ ਭਲਵਾਨੀ ਦੇ ਵਿੱਚ ਵੀ ਹੋਣਾ ਚਾਹੀਦਾ ਹਰ ਇੱਕ ਨੂੰ, ਕਿ ਜੇ ਕੋਈ ਬੈਠਾ ਆ ਸੱਟ ਲੱਗੀ ਆ ਉਹਨੂੰ ਪੁੱਛਣਾ ਵੀ ਚਾਹੀਦਾ ਆ, ਉਹਦੇ ਨਾਲ ਖੜਨੇ ਵੀ ਚਾਹੀਦੇ ਆ। ਅਸੀਂ ਆਪਣੇ ਵੱਲੋਂ ਨਹੀਂ ਕਹਿੰਦੇ ਪਏ ਜੇ ਹਾਂ, ਸਾਨੂੰ ਆਪਣੇ ਵੱਲੋਂ ਆ ਕਿ ਅਸੀਂ ਕਹਿੰਦੇ ਪਏ ਸਾਡੇ ਚਲੋ ਸੱਟ ਲੱਗੀ, ਸਾਡੇ ਨਾਲ ਕੋਈ ਖੜਿਆ ਨਹੀਂ, ਚਲੋ ਜਿਹੜੇ ਖੜੇ ਆ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਖੜਨ ਨੂੰ ਖੜੇ ਵੀ ਆ ਸਾਡੇ ਨਾਲ, ਪਰ ਵਿੱਚ ਇਹ ਹੋਣਾ ਚਾਹੀਦਾ ਜਿੱਦਾਂ ਕਬੱਡੀ ਦੇ ਵਿੱਚ ਵਾ ਉੱਦਾਂ ਭਲਵਾਨੀ ਦੇ ਵਿੱਚ ਹੋਣਾ ਚਾਹੀਦਾ ਹੈ ਸਾਰਾ ਕੁਛ, ਕਿ ਕੱਲ੍ਹ ਨੂੰ ਕੋਈ ਬੰਦੇ ਸੱਟ ਲੱਗਦੀ ਹੈ ਤਾਂ ਨਾਲ ਸਪੋਰਟ ਨੂੰ ਹੋਣੀ ਚਾਹੀਦੀ ਹੈ ਜ਼ਰੂਰ। ਜਿੱਦਾਂ ਭਾਈ ਕਬੱਡੀ ਦਾ ਕੋਈ ਛੋਟਾ ਪਲੇਅਰ ਆ, ਵੱਡਾ ਪਲੇਅਰ, ਛੋਟਾ ਵੀ ਹੈ ਨਾ, ਉਹਦੀ ਵੀ ਸੱਟ ਲੱਗੀ, ਪੂਰੀ ਸਪੋਰਟ, ਸਾਰੇ ਸਪੋਰਟ। ਜਿੱਦਾਂ ਹੁਣ ਸਾਡੇ ਭਲਵਾਨੀ ਜੀ ਕੇ ਛੋਟੇ ਮਲ ਦੇ ਲੱਗ ਜਾਵੇ ਸੱਟ, ਹਲਕੀ ਜੋੜ ਦੇ, ਉਹਦਾ ਵਿਚਾਰਿਆ ਕਰੀਅਰ ਹੀ ਖਤਮ ਹੋ ਜਾਂਦਾ। ਬਿਲਕੁਲ ਬਿਲਕੁਲ, ਨਾ ਘਰ ਦੇ ਜੇ ਠੀਕ ਠਾਕ ਹੋਣ ਫਿਰ ਤਾਂ ਚੱਲ ਜਾਂਦਾ ਆ, ਜੇ ਵਿਚਾਰੇ ਸਾਡੇ ਮਾਤੜ ਹੋਏ ਫਿਰ ਇਹ ਰੂਲ ਹੋਣਾ ਚਾਹੀਦਾ ਭਲਵਾਨੀ ਦੇ ਵਿੱਚ, ਜ਼ਰੂਰ ਹੋਣਾ ਚਾਹੀਦਾ। ਜਿੱਦਾਂ ਕਈ ਬੰਦੇ ਜਿਹੜੇ ਛਿੰਝਾ ਵੀ ਕਰਾਉਂਦੇ ਆ, ਜਿਹੜੇ ਮੋਹਤਵਾਰ ਵੀ ਆ, ਵੱਡੇ ਬੰਦੇ ਹੈਗੇ ਆ, ਹੁਣ ਚਲੋ ਸਾਰਿਆਂ ਨੂੰ ਪਤਾ ਆ ਕਿ ਇਹ ਰੂਲ ਜ਼ਰੂਰ ਹੋਣਾ ਚਾਹੀਦਾ। ਕੋਈ ਗਰੀਬ ਪਰਿਵਾਰ ਦੇ ਬੰਦੇ ਦੇ ਮੁੰਡੇ ਦੇ ਹਲਕੇ ਦੇ ਸੱਟ ਲੱਗ ਜਾਵੇ ਨਾ, ਉਹਦੇ ਨਾਲ ਵੀ ਹੈਲਪ ਜ਼ਰੂਰ ਹੋਣੀ ਚਾਹੀਦੀ ਹੈ, ਸਾਰੇ ਜ਼ਰੂਰੀ ਇਹ ਗੱਲ ਹੋਈ। ਬਿਲਕੁਲ, ਬਾਕੀ ਦਰਸ਼ਕੋ ਪੂਰੀ ਇੰਟਰਵਿਊ ਆਪਾਂ ਕਿਤੇ ਵਿਹਲੇ ਟਾਈਮ ਕਰਾਂਗੇ ਫੁਰਸਤ 'ਚ, ਠੀਕ ਹੈ। ਇਹ ਕਹਿ ਲਓ ਸੀਗਾ ਛੋਟਾ ਗਨੀ, ਅਤੇ ਬਾਕੀ ਚਲੋ ਪਰਮਾਤਮਾ ਮਿਹਰ ਕਰੇ ਭਲਵਾਨ ਆਉਣ ਵਾਲੇ ਸਮੇਂ 'ਚ ਦੰਗਲਾਂ ਦੀ ਜਿਹੜੇ ਛਾਨ ਬਣੇ, ਠੀਕ ਹੈ ਗਨੀ, ਫਿਰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।